ਅੱਜ ਹੀ ਡਾਊਟ ਨਟ ਐਪ ਡਾਊਨਲੋਡ ਕਰੋ ਡਾਊਟ ਨਟ ਤੇ ਹੋਣਗੇ ਤੁਹਾਡੇ ਸਾਰੇ 6ਵੀਂ ਤੋਂ 12ਵੀਂ ਕਲਾਸ ਦੇ ਮੈਥ ਫਿਜ਼ਿਕਸ ਕੈਮਿਸਟਰੀ ਅਤੇ ਬਾਇਓਲੋਜੀ ਦੇ ਡਾਊਟਸ ਦਾ ਸਫਾਇਆ ਉਹ ਵੀ ਪੰਜਾਬੀ ਵਿੱਚ ਬਸ ਆਪਣੇ ਪ੍ਰਸ਼ਨ ਦੀ ਫੋਟੋ ਖਿੱਚੋ ਉਸ ਨੂੰ ਕ੍ਰੋਪ ਕਰੋ ਅਤੇ ਤੁਰੰਤ ਵੀਡੀਓ ਸੋਲੂਸ਼ਨ ਪਾਓ ਅਤੇ ਅਜੇ ਹੀ ਹੋਰ ਵੀਡੀਓ ਦੇਖਣ ਲਈ ਡਾਊਟ ਨਟ ਪੰਜਾਬੀ YouTube ਚੈਨਲ ਨੂੰ ਸਬਸਕ੍ਰਾਈਬ ਕਰੋ हेलो फ्रेंड्स एइस क्वेश्चन में सानू कहया गया है कि ਸਾਡੇ ਕੋਲ ਦੋ સ્મોਸਫੀਅਰ ਨੇ ਜਿਨ੍ਹਾਂ ਵਿੱਚੋਂ ਇੱਕ ਸਫੇਅਰ ਦੇ ਉੱਤੇ ਜਿਹੜਾ ਚਾਰਜ ਹੈ ਉਹ ਕਿੰਨਾ ਹੈ 0.4 ਮਾਈਕਰੋਕੁਲਮ ਦਾ ਹੈ ਤੇ ਦੂਜੇ ਚਾਰਜ ਕਿੰਨਾ ਹੈ -0.8 ਮਾਈਕਰੋਕੁਲਮ ਹੈ ਤੇ ਇਹਨਾਂ ਦੋਵਾਂ ਦੇ ਵਿੱਚ ਜਿਹੜੀ ਫੋਰਸ ਹੈ ਜਦੋਂ 에ਅਰ ਵਿੱਚ ਰੱਖੇ ਜਾਂਦੇ ਨੇ ਤੇ ਇਹਨਾਂ ਦੇ ਵਿੱਚ ਜਿਹੜੀ ਫੋਰਸ ਹੈ ਉਹ ਕਿੰਨੀ ਹੈ 0.2 ਨਿਊਟਨ ਹੈ ਤੇ ਸਾਨੂੰ ਪੁੱਛਿਆ ਗਿਆ ਹੈ ਵਟ ਇਜ਼ ਦ ਡਿਸਟੈਂਸ ਬੀਟਵੀਨ ਦ ਟੂ ਸਫੀਅਰ ਤੇ ਇਹ ਜਿਹੜੇ ਸਫੀਅਰ ਨੇ ਇਹਨਾਂ ਦੇ ਵਿੱਚ ਕਿੰਨੀ ਡਿਸਟੈਂਸ ਹੈ ਅਸੀਂ ਕੀ ਕਰਦੇ ਹਾਂ ਸਭ ਤੋਂ ਪਹਿਲਾਂ ਇਹਦੇ ਲਈ ਇੱਕ ਡਾਇਗਰਾਮ ਡਰਾ ਕਰ ਲੈਂਦੇ ਆ ਤੇ ਉਦੋਂ ਬਾਅਦ ਆਪਾਂ ਕੀ ਕਰਾਂਗੇ ਨਾ ਸੋਲਵ ਕਰ ਲਾਂਗੇ ਇਹ ਸਾਡੇ ਕੋਲ ਦੋ ਸਫੀਅਰ ਨੇ ਸਮਾਲ ਸਫੀਅਰ ਨੇ ਇੱਕ ਦੇ ਉੱਤੇ ਸਾਨੂੰ ਜਿਹੜਾ ਚਾਹ ਦਿੱਤਾ ਗਿਆ ਮਾਈਨਸ 0.8 माइक्रो कूलम ਦਿੱਤਾ ਗਿਆ ਤੇ ਦੂਜੇ ਤੇ ਦਿੱਤਾ ਗਿਆ 0.4 माइक्रो कूलम ਦਾ ਤੇ ਅਸੀਂ ਮੰਨ ਲੈਂਦੇ ਹਾਂ ਕਿ ਇਹਨਾਂ ਦੇ ਵਿੱਚ ਜਿਹੜੀ ਡਿਸਟੈਂਸ ਹੈ ਉਹ ਕਿੰਨੀ ਹੈ r ਹੈ ਤੇ ਸਾਨੂੰ ਦਿੱਤਾ ਗਿਆ ਹੈ ਕਿ ਇਹਨਾਂ ਦੇ ਵਿੱਚ ਜਿਹੜੀ ਫੋਰਸ ਲੱਗਦੀ ਹੈ ਇੱਕ ਦੂਜੇ ਕਾਰਨ ਉਹ ਕਿੰਨੀ ਲੱਗੀ ਹੈ ਆਪਾਂ ਲਿਖ ਲੈਂਦੇ ਹਾਂ f 0.2 ਨਿਊਟਨ ਇਹ ਫੋਰਸ ਇਹਨਾਂ ਦੇ ਉੱਤੇ ਵਿਚ ਲਗ ਰਹੀ ਹੈ ਹੁਣ ਅਸੀਂ ਜਾਣਦੇ ਹਾਂ ਕਿ ਫੋਰਸ ਕੱਢਣ ਦਾ ਜਿਹੜਾ ਫਾਰਮੂਲਾ ਹੁੰਦਾ ਹੈ ਉਹ ਕਿਹੜਾ ਹੁੰਦਾ ਹੈ ਕੂਲਮਸ ਲੋ ਆਪਾਂ ਯੂਜ਼ ਕਰਦੇ ਹਾਂ ਉਹ ਫਾਰਮੂਲਾ ਹੈ ਸਾਡੇ ਕੋਲ f 1 4 π ε 0 q1 q2 r² ਅਸੀਂ ਮੰਨ ਲੈਂਦੇ ਹਾਂ ਕਿ ਇਹ ਜਿਹੜਾ ਸਾਡੇ ਕੋਲ ਚਾਰਜ ਹੈ ਇਹ ਕੀ ਹੈ ਕਿ Q1 ਹੈ ਤੇ ਇਹ ਜਿਹੜਾ ਚਾਰਜ ਹੈ ਉਹ ਕਿਹੜਾ ਹੈ Q2 ਹੈ ਆਪਾਂ ਇਹਨੂੰ ਵੀ Q2 ਲਿਖ ਸਕਦੇ ਆਪਾਂ ਕਿਸੇ ਨੂੰ ਵੀ ਕੀ ਹੈ Q1 ਤੇ Q2 ਦਾ ਨਾਮ ਦੇ ਸਕਦੇ ਆ ਹੁਣ ਸਾਨੂੰ ਕੀ ਕਰਨਾ ਇੱਥੇ R ਦੀ ਵੈਲਿਊ ਕੀ ਕਰਨੀ ਹੈ ਫਾਈਂਡ ਆਊਟ ਕਰਨੀ ਹੈ ਆਪਾਂ R ਦੀ ਵੈਲਿਊ ਫਾਈਂਡ ਆਊਟ ਕਰਨ ਵਾਸਤੇ ਟਰਮਸ ਨੂੰ ਰੀਅਰੇਂਜ ਕਰ ਲੈਣਾ ਸਾਡੇ ਕੋਲ ਜਿਹੜੀ R² ਦੀ ਇਥੋਂ ਵੈਲਿਊ ਆ ਜਾਊਗੀ ਜਦੋਂ ਆਪਾਂ ਟਰਮਸ ਨੂੰ ਰੀਅਰੇਂਜ ਕਰਾਂਗੇ ਆਊਗੀ 1/4 π ε0 Q1

ਹੁਣ ਜਿਹੜੀ ਵੈਲਿਊ ਸਾਨੂੰ ਦਿੱਤੀ ਗਈ ਆਪਾਂ ਉਹ ਇੱਥੇ ਪੁੱਟ ਕਰ ਦਿੰਦੇ ਆ ਆਰ ਸਕੁਅਰ ਕਿਹਦੇ ਬਰਾਬਰ ਆ ਜਾਊਗਾ ਸਾਡੇ ਕੋਲ ਉਹ ਇਹਦੀ ਸੌਰੀ ਇੱਥੇ ਆਪਾਂ ਨੇ ਕੀ ਕਰਨਾ ਇਹਦੀ ਵੈਲਿਊ ਪੁੱਟ ਕਰਨੀ ਹੈ 9 10 ਟੂ ਦੀ ਪਾਵਰ 9 ਹੁਣ ਸਾਨੂੰ ਜਿਹੜੇ ਚਾਰਜ ਦਿੱਤੇ ਗਏ ਨੇ ਉਹ ਕਿਦੇ ਵੀ ਦਿੱਤੇ ਗਏ ਨੇ ਮਾਈਕਰੋਕੁਲੰਬ ਵਿਚ ਦਿੱਤੇ ਗਏ ਨੇ ਆਪਾਂ ਨੇ ਕੀ ਕਰਨਾ ਇਹਨਾਂ ਨੂੰ ਕੁਲੰਬ ਵਿਚ ਆਪਾਂ ਇਹਨੂੰ ਕਨਵਰਟ ਕਰ ਲੈਨੇ ਆ ਜਿਹੜਾ ਕ1 ਹੈ ਉਹ ਸਾਡੇ ਕੋਲ ਕਿੰਨਾ ਹੈ -0.8 माइक्रो कूलम ਤੇ ਸਾਡੇ ਕੋਲ ਕਿੰਨਾ ਆ ਜਾਏਗਾ -0.8 10 power, -6 কুলਮ ਦੇ ਬਰਾਬਰ ਆ ਜਾਵੇਗਾ ਤੇ ਜਿਹੜਾ q2 ਹੈ ਉਹ ਕਿਦੇ ਬਰਾਬਰ ਆ ਜਾਵੇਗਾ 0.4 माइक्रो कूलम 0.4 10 power, -6 কুলਮ ਇਹ ਆਪਾਂ ਨੇ ਕੀ ਕਰ ਲਿਆ ਇਹਨਾਂ ਨੂੰ কুলਮ ਵਿੱਚ ਕਨਵਰਟ ਕਰ ਲਿਆ ਹੁਣ ਆਪਾਂ ਸਾਰੀ ਵੈਲਿਊਜ਼ ਕੀ ਕਰਦੇ ਆ ਇਸ ਇਕੁਏਸ਼ਨ ਵਿੱਚ ਪੁੱਟ ਕਰ ਦਿੰਦੇ ਆ ਆਪਾਂ ਇਹਨੂੰ ਥੱਲੇ ਪਾਸੇ ਲਿਖ ਲੈਂਦੇ ਆ ਇੱਥੋਂ ਸਾਫ਼ ਕਰ ਦਿੰਦੇ ਆ ਤੇ ਸਾਡੇ ਕੋਲ ਕੀ ਆਵੇਗਾ r² 9 10 9 a ਵੈਲਿਊ ਆ ਜਾਵੇਗੀ 0.8 10 -6 ਅੱਗੇ ਆਵੇਗਾ 0.4 10 -6 ਤੇ ਜਿਹੜੀ ਫੋਰਸ ਹੈ ਉਹ ਕਿੰਨੀ ਦਿੱਤੀ ਗਈ 0.2 ਨਿਊਟਨ ਦਿੱਤੀ ਗਈ ਹੁਣ ਆਪਾਂ ਸਾਰੇ ਟਰਮਸ ਨੂੰ ਕੀ ਕਰਦੇ ਨੇ ਮਲਟੀਪਲਾਈ ਕਰ ਦਿੰਨੇ ਆ ਮਲਟੀਪਲਾਈ ਕਰਕੇ ਸਾਡੇ ਕੋਲ ਕੀ ਵੈਲਿਊ ਆਊਗੀ r² ਦੀ ਵੈਲਿਊ ਆ ਜਾਵੇਗੀ ਇਹਨਾਂ ਸਾਰੀ ਟਰਮਸ ਨੂੰ ਜਦੋਂ ਆਪਾਂ ਮਲਟੀਪਲਾਈ ਕਰ ਲਾਂਗੇ ਤੇ ਸਾਡੇ ਕੋਲ ਜਿਹੜੀ ਵੈਲਿਊ ਆਊਗੀ ਉਹ ਆਊਗੀ 144 10 -4 ਇਹ ਕੀ ਹੈ r² ਦੀ ਵੈਲਿਊ ਹੈ ਸਾਨੂੰ r ਦੀ ਵੈਲਿਊ ਕੱਢਣੀ ਹੈ ਉਹਦੇ ਵਾਸਤੇ ਕੀ ਕਰਾਂਗੇ ਆਪਾਂ ਇਹਦਾ स्के रूट ले लेंगे वह कि आजगा एक अंडर रूट वन फोर्टी फोर टेन टू माइनस टें जो आप अंडर रूट लेवे वो जीरो पॉइंट वन टू मीटर साढ़े को आ गई आर वैल्यू मतलब जरा इन चार्ज के डिस्टेंस है वह किन्नी है जीरो पॉइंट वन टू मीटर है ये इस क्वेश्चन का आंसर Thanks.